ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮੇਂ ਦੇ ਆਏ ਬੈਠੇ ਹਾਂ ਅਤੇ ਵਿਚਾਰਾਂ ਸੁਣ ਰਹੇ ਹਾਂ। ਮੁਸ਼ਕਲਾਂ ਹਰ ਉਮਰ 'ਚ ਹੁੰਦੀਆਂ, ਬੱਚੇ ਨੂੰ ਆਪਦੀਆਂ ਨੇ, ਜਵਾਨ ਨੂੰ ਆਪਦੀਆਂ ਨੇ, ਬੁਢਾਪੇ ਨੂੰ ਆਪਦੀਆਂ ਨੇ, ਹਰੇਕ ਨੂੰ ਆਪਦੀ ਉਮਰ 'ਚ ਆਪਦੀਆਂ ਮੁਸ਼ਕਲਾਂ, ਹਰੇਕ ਦੀ ਉਮਰ 'ਚ ਉਹਦੀਆਂ ਮੁਸ਼ਕਲਾਂ ਹੈਗੀਆਂ। ਮੁਸ਼ਕਲਾਂ ਖਤਮ ਨਹੀਂ ਹੋਣਗੀਆਂ। ਜੇ ਅਸੀਂ ਕਹੀਏ ਵੀ ਅਸੀਂ ਮੁਸ਼ਕਲਾਂ ਖਤਮ ਹੋ ਜਾਣਗੀਆਂ, ਨਹੀਂ ਹੋਣਗੀਆਂ। ਉਹਨਾਂ ਦੇ ਟਾਈਪਸ ਬਦਲਣਗੇ, ਢੰਗ ਬਦਲਣਗੇ। ਪਹਿਲਾਂ ਹੋਰ ਮੁਸ਼ਕਲਾਂ ਸਨ, ਅੱਜ ਹੋਰ ਮੁਸ਼ਕਲਾਂ। ਮੇਰੇ ਸਾਡੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ। ਜਿੰਨੇ ਸੌਖੇ ਅਸੀਂ ਅੱਜ ਹਾਂ, ਇਤਿਹਾਸ 'ਚ ਮੈਨੂੰ ਦਿਸਦਾ ਨਹੀਂ ਕੋਈ ਦਿਨ ਵੀ ਅਸੀਂ ਇੰਨੇ ਸੌਖੇ ਸੀ। ਜਿੰਨੇ ਸੌਖੇ ਅਸੀਂ ਅੱਜ, ਜਿੰਨਾ ਸੌਖਾ ਪੰਜਾਬ ਅੱਜ, ਇੰਨੇ ਸੌਖੇ ਅਸੀਂ ਇਤਿਹਾਸ 'ਚ ਨਹੀਂ ਸਾਂ, ਮੈਨੂੰ ਨਹੀਂ ਦਿਸ ਰਿਹਾ ਕੋਈ ਵੀ ਦਿਨ, ਕੋਈ ਵੀ ਸਦੀ, ਕੋਈ ਵੀ ਵੀ ਅਸੀਂ ਇੰਨੇ ਸੌਖੇ ਸੀ ਵੀ ਅਸੀਂ ਆਪਦੀ ਗੱਲ ਆਪਦੀ ਕਰ ਸਕਦੇ ਹੋਈਏ। ਪਹਿਲਾਂ ਨਹੀਂ ਸੀ ਇਹੋ ਜਿਹਾ ਕੁਛ, ਪਹਿਲਾਂ ਵਿਰਲੇ ਵਿਰਲੇ ਸੀ। ਈਵਨ ਕਿ ਜਿਹੜੇ ਪਾਕਿਸਤਾਨੋਂ ਉੱਜੜ ਕੇ ਆਏ ਸਨ, ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਅੱਛਾ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ। ਨਹੀਂ, ਉਹਨਾਂ ਨੂੰ ਇੰਨੇ ਹੁਕਮ ਹੋਏ ਸੀ ਪਿੰਡ ਖਾਲੀ ਕਰ ਦਿਓ, ਪਿੰਡ ਖਾਲੀ ਕਰਤਾ, ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ। ਅੱਜ ਸਾਨੂੰ ਹਰੇਕ ਗੱਲ ਦਾ ਪਤਾ ਲੱਗਦਾ, ਕੀ ਹੋ ਰਿਹਾ, ਕਿਵੇਂ ਹੋ ਰਿਹਾ, ਕੀ ਕਰ ਸਕਦੇ ਹਾਂ। ਗੱਲ ਇਹ ਹੈ ਵੀ ਜਿਹੜਾ ਸਾਡਾ ਧੁਰਾ, ਸਾਡਾ ਪਿਓ, ਅਸੀਂ ਉਹਦੇ ਤੋਂ ਵਿਵੇਕ ਲੈਣਾ। ਸਭ ਤੋਂ ਸੌਖਾ ਦੁਨੀਆਂ ਦਾ ਕੰਮ ਇਹ ਹੈ ਚੰਗੇ ਅਤੇ ਮਾੜੇ ਦੀ ਪਰਖ ਕਰਨੀ, ਵੀ ਚੰਗਾ ਅਤੇ ਮਾੜਾ ਸਭ ਨੂੰ ਪਤਾ, ਇਹ ਤਕਰੀਬਨ ਪਤਾ ਲੱਗ ਜਾਂਦਾ। ਔਖਾ ਕੀ ਹੈ, ਵੱਧ ਚੰਗਾ ਅਤੇ ਘੱਟ ਚੰਗਾ, ਵੱਧ ਮਾੜਾ ਅਤੇ ਘੱਟ ਮਾੜਾ, ਆਹ ਪਰਖ ਨਹੀਂ ਹੁੰਦੀ। ਇਹ ਦੁਨੀਆਂ 'ਤੇ 2% ਲੋਕ ਨੇ ਜਿਨ੍ਹਾਂ ਨੂੰ ਪਰਖ ਹੋ ਜਾਂਦੀ ਹੈ। ਮਾੜੇ 'ਚ ਵੀ ਦੋ ਚੀਜ਼ਾਂ ਆ ਜਾਂਦੀਆਂ, ਚੰਗੇ 'ਚ ਵੀ ਦੋ ਚੀਜ਼ਾਂ ਆ ਜਾਂਦੀਆਂ। ਇਹ ਇੰਨਾ ਹੀ ਕਹਿ ਦੇਣਾ ਵੀ ਹਾਂ ਚੰਗਾ ਮਾੜਾ, ਇੰਨੇ ਨਾਲ ਨਹੀਂ ਹੁੰਦਾ। ਨਿਰਖ ਵਿਵੇਕ ਗੁਰੂ ਤੋਂ ਬਖਸ਼ਿਸ਼ ਨਾਲ ਹੀ ਮਿਲਦਾ, ਅਤੇ ਫਿਰ ਜਾ ਕੇ ਪਤਾ ਲੱਗਦਾ ਵੀ ਹਾਂ ਇਹ ਸਹੀ ਡਿਸੀਜ਼ਨ ਜਾਂ ਗਲਤ ਡਿਸੀਜ਼ਨ। ਮੈਂ ਗੱਲ ਕਰ ਰਿਹਾ ਸੀ ਮੁਸ਼ਕਲਾਂ ਖਤਮ ਨਹੀਂ ਹੋਣਗੀਆਂ, ਮੁਸ਼ਕਲਾਂ ਚੱਲਦੀਆਂ ਰਹਿਣੀਆਂ, ਅਤੇ ਜ਼ਿੰਦਗੀ ਦਾ ਹਿੱਸਾ ਨੇ, ਅਤੇ ਸਾਨੂੰ ਖਿੜੇ ਮੱਥੇ ਇਹਨਾਂ ਦਾ ਸਾਹਮਣਾ ਕਰਨਾ ਚਾਹੀਦਾ, ਤੁਰਨਾ ਚਾਹੀਦਾ। ਹੁੰਦਿਆਂ ਕੁਛ ਨਹੀਂ, ਪਰਲੋ ਨਹੀਂ ਆਉਂਦੀ, ਅਸਮਾਨ ਡਿੱਗਦਾ ਨਹੀਂ ਹੈਗਾ। ਚਾਹੇ ਤਾਂ ਹਿਟਲਰ ਵਰਗੇ ਆ ਕੇ ਚਲੇ ਗਏ, ਚਾਹੇ ਔਰੰਗਜ਼ੇਬ ਵਰਗੇ ਆ ਕੇ ਚਲੇ ਗਏ, ਅਸਮਾਨ ਨਹੀਂ ਡਿੱਗ ਸਕੇ। ਵੀ ਅਸੀਂ ਕਹੀਏ ਵੀ ਸਾਡੀਆਂ ਮੁਸ਼ਕਲਾਂ ਬਹੁਤ ਵੱਡੀਆਂ ਨੇ, ਕੋਈ ਮੁਸ਼ਕਲਾਂ ਨਹੀਂ ਹੈਗੀਆਂ, ਸਿਰਫ ਅਸੀਂ ਰੌਲਾ ਵੱਧ ਪੈ ਰਿਹਾ। ਇਹ ਵੀ ਧਿਆਨ 'ਚ ਰੱਖਿਓ ਵੀ ਰੌਲਾ ਵੀ ਵੱਧ ਪੈ ਰਿਹਾ। ਮੇਰੇ ਅਨੁਭਵ ਸਿੰਪਲ ਹੈ ਸਟੱਡੀ ਦੇ, ਦੁਨੀਆਂ 'ਤੇ ਚੰਗੇ ਕੰਮ ਜ਼ਿਆਦਾ ਹੋ ਰਹੇ ਆ, ਮਾੜੇ ਕੰਮ ਵਿਖਾਏ ਜ਼ਿਆਦਾ ਜਾ ਰਹੇ ਆ। ਦੁਨੀਆਂ 'ਤੇ ਚੰਗੇ ਕੰਮ ਜ਼ਿਆਦਾ ਹੋ ਰਹੇ ਹੈ, ਮਾੜੇ ਕੰਮ ਵਿਖਾਏ ਜ਼ਿਆਦਾ ਜਾ ਰਹੇ ਆ। ਅਸੀਂ ਵੇਖਣਾ ਕੀ ਹੈ, ਸਾਡੇ 'ਤੇ ਨਿਰਭਰ ਹੈ ਵੀ ਅਸੀਂ ਉਹਨਾਂ 'ਚੋਂ ਚੰਗੇ ਕੰਮਾਂ ਦੇ ਵਿੱਚੋਂ ਅਸੀਂ ਕੀ। ਓਬਾਮੇ ਦੀਆਂ 2 ਕੁੜੀਆਂ ਨੇ, ਬਾਰੇਕ ਓਬਾਮਾ, ਉਹਨੇ 3-3 ਮਹੀਨਿਆਂ ਦੇ ਕੋਰਸ ਕਰਾਏ ਉਹਨਾਂ 2 ਕੁੜੀਆਂ ਨੂੰ ਵੀ ਕੋਈ ਕਿਤਾਬ ਪੜ੍ਹਨੀ ਕਿਵੇਂ ਹੈ, ਛੇਤੀ ਕਿਵੇਂ ਪੜ੍ਹਨੀ ਹੈ, ਅਤੇ ਆਪਣੇ ਮਤਲਬ ਦੀ ਕਿਵੇਂ ਪੜ੍ਹਨੀ ਹੈ, ਵੀ ਤੁਸੀਂ ਆਪਦੇ ਕੰਮ ਦੀ ਚੀਜ਼ ਕਿਵੇਂ ਕੱਢ ਸਕਦੇ। ਇੱਥੋਂ ਤੱਕ ਦੀ ਸਟੱਡੀ ਹੁੰਦੀ ਹੈ ਵੀ ਅਸੀਂ ਠੀਕ ਹੈ, ਕਿਸੇ ਵੀ ਐਰੇ ਗੈਰੇ ਰਾਈਟਰ ਨੇ ਕਿਤਾਬ ਲਿਖਤੀ, ਅਸੀਂ ਪੜ੍ਹ ਲਈ, ਅਸੀਂ ਆਪਦਾ ਦਿਮਾਗ ਖਰਾਬ ਕਰ ਲਿਆ, ਬਸ ਉਹਦੇ 'ਚ ਤਾਂ ਇੱਦਾਂ ਲਿਖਿਆ, ਉਹਦੇ 'ਚ ਤਾਂ ਇੱਦਾਂ ਲਿਖਿਆ, ਉਹਦੇ 'ਚ ਇੱਦਾਂ ਲਿਖਿਆ, ਉਹਦੇ 'ਚ ਇੱਦਾਂ ਲਿਖਿਆ, ਕਿਸੇ ਨੇ ਵੀ ਲਿਖਿਆ, ਅਸੀਂ ਉਹਨੂੰ ਮੰਨ ਲੈਂਦੇ ਹਾਂ। ਨਹੀਂ ਮੰਨਣਾ ਚਾਹੀਦਾ, ਸਾਡਾ ਆਪਦਾ ਥੋਟ, ਸਾਡੀ ਆਪਦੀ ਲੋੜ ਸਾਨੂੰ ਪਤਾ ਹੈ। ਗੁਰੂ ਅੱਗੇ ਅਰਦਾਸ ਜਿਹੜੀ ਗੱਲ ਹੈਗੀ ਹੈ, ਮੈਂ ਗੱਲ ਕਰਦਾ ਅਰਦਾਸ ਦੀ। ਮੈਂ ਪਹਿਲਾਂ ਵੀ ਗੱਲ ਵੀਰ ਨਾਲ ਕਰਦਾ ਸੀ ਵੀ ਜੇ 10ਵੀਂ 'ਚੋਂ ਮੁੰਡਾ ਪਾਸ ਕਰਾਉਣਾ, ਅਰਦਾਸ ਨਹੀਂ ਕੰਮ ਕਰਦੀ, ਨਾ ਕਰਿਓ, ਮੇਰੇ ਹਿਸਾਬ ਨਾਲ ਨਹੀਂ ਕਰਨੀ ਚਾਹੀਦੀ। ਹਾਂ, ਜੇ ਅਟਕ ਦਰਿਆ ਪਾਰ ਕਰਨਾ, ਅਰਦਾਸ ਜ਼ਰੂਰ ਕਰਿਓ। ਗੁਰੂ ਐਡੀ ਕੁ ਚੀਜ਼ ਆ, ਉਹ ਨਿੱਕੀਆਂ, ਮਤਲਬ ਮੈਂ ਚਲੋ ਨਿੱਕੇ ਮਸਲੇ ਸਾਡੇ ਆਪਦੇ ਅਸੀਂ ਆਪ ਹੱਲ ਕਰ ਲਾਂਗੇ। ਕਈ ਵਾਰੀ ਇਹ ਵੀ ਹੁੰਦਾ ਵੀ ਅਸੀਂ ਛੋਟੀ ਛੋਟੀ ਗੱਲ ਵੀ ਅਸੀਂ ਕਹਿੰਦੇ ਹਾਂ ਵੀ ਹਾਂ ਨਹੀਂ ਨਹੀਂ, ਸਾਡੇ ਕੋਲ ਵਿਸ਼ਾ ਖਿਆਲ ਵੱਡਾ ਹੋਣਾ ਚਾਹੀਦਾ। ਸਾਡੀਆਂ ਜਿਹੜੀਆਂ ਖਿਆਲ ਹੈ ਨਾ, ਥੋਟ, ਉਹ ਛੋਟਾ। ਇੱਥੇ ਆ ਗੱਲ ਲਿਖੀ ਵੀ ਆ ਬਹੁਤ ਸੋਹਣੀ, ਇੱਥੇ ਲਿਖਿਆ ਵਿਆ ਥਿੰਕ ਗਲੋਬਲੀ ਵਰਕ ਲੋਕਲੀ, ਵੀ ਐਡੀ ਵੱਡੀ ਸੋਚ, ਮੈਨੂੰ ਇੱਕ ਵਿਸ਼ਾ ਮਿਲਿਆ, ਜ਼ਿੰਮੇਵਾਰੀ ਅਤੇ ਹੱਕ, ਇਹਨਾਂ 'ਤੇ ਬੋਲਣਾ ਸੀ। ਮੈਨੂੰ ਕਿਸੇ ਬੰਦੇ ਨੇ ਵਿਸ਼ਾ ਦਿੱਤਾ, ਮੈਂ ਕਾਫੀ ਕਿਤਾਬਾਂ 'ਚੋਂ ਲੱਭਿਆ, ਜ਼ਿੰਮੇਵਾਰੀ ਤਾਂ ਤਕਰੀਬਨ ਮੈਨੂੰ ਲੱਭ ਗਈ। ਜ਼ਿੰਮੇਵਾਰੀਆਂ ਤਾਂ ਸਾਡੀਆਂ ਸਾਰੀਆਂ ਸਮਾਜਿਕ ਤੌਰ 'ਤੇ ਸਾਰੇ ਜਾਣਦੇ ਹਾਂ, ਪਰ ਮੈਨੂੰ ਹੱਕ ਨਹੀਂ ਲੱਭਿਆ ਕਿਤੋਂ। ਹੱਕ ਉਹ ਨਹੀਂ ਜਿਹੜਾ ਕਾਨੂੰਨ 'ਚ ਲਿਖਿਆ ਹੋਇਆ, ਹੱਕ ਇਹ ਹੈ ਕਿ ਤੁਸੀਂ ਮੇਰੇ ਹੱਥ, ਬਾਹਾਂ, ਲੱਤਾਂ ਸਭ ਬੰਨ ਸਕਦੇ ਹੋ, ਤੁਸੀਂ ਮੇਰੀ ਸੋਚ ਨਹੀਂ ਬੰਨ ਸਕਦੇ। ਮੈਂ ਖਿਆਲ ਲੈਣਾ, ਖਿਆਲ ਦੇਵੇ ਪਰਮਾਤਮਾ ਮੈਨੂੰ,
ਅਕਾਲ ਪੁਰਖ ਮੈਨੂੰ ਕੁਛ ਨਾ ਦੇਵੇ, ਸਿਰਫ ਮਤ ਦੇਵੇ। ਆਪਾਂ ਕਹਿੰਦੇ ਸਿੱਖਾਂ ਦਾ ਮਨ ਨੀਵਾਂ ਮਤ, ਮੈਨੂੰ ਸਿਰਫ ਮਤ ਚਾਹੀਦੀ ਆ, ਬਾਕੀ ਚੀਜ਼ਾਂ ਦਾ ਕਰ ਲਾਂਗੇ। ਖਿਆਲ ਆਉਣਾ, ਆਈਡੀਆ ਆ ਜਾਣਾ। ਤੁਸੀਂ ਕਿਸੇ ਵੀ ਕਾਮਯਾਬ ਪੈਸੇ ਦੇ ਤੌਰ 'ਤੇ ਮੈਂ ਗੱਲ ਕਰ ਲਾਂ, ਪੈਸੇ ਦੇ ਤੌਰ 'ਤੇ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਕਹਿੰਦੇ ਵੀ ਉਹ ਬੰਦਾ ਹੈ ਬਹੁਤ ਅਮੀਰ ਹੋ ਗਿਆ, ਬੜੀ ਛੇਤੀ ਅੱਖਾਂ ਦੇਖਦੇ ਦੇਖਦੇ 10-12 ਸਾਲਾਂ 'ਚ ਬਹੁਤ ਫੈਕਟਰੀਆਂ ਵੱਡੀਆਂ ਲਾ ਲਈਆਂ ਨੇ, ਤਾਂ ਉਹ ਖਿਆਲ ਆ, ਉਹਦੇ ਕੋਲ ਹੋਰ ਕੁਛ ਨਹੀਂ। ਜੇ ਤੁਸੀਂ ਆਖੋਗੇ ਵੀ ਉਹਦੇ ਕੋਲ ਕੋਈ ਸੈਪਰੇਟ ਪੈਸਾ ਉੱਤੋਂ ਡਿੱਗ ਪਿਆ ਹੋਊਗਾ, ਹੋਰ ਆ ਗਿਆ ਕੋਈ, ਮੇਰੇ ਨਾਲ ਤੁਰੋ ਤੁਸੀਂ, ਬਹੁਤ ਬੰਦਿਆਂ ਕੋਲ ਬਹੁਤ ਪੈਸਾ ਪਿਆ, ਯਕੀਨ ਕਰਿਓ ਕਿ ਉਹਨਾਂ ਕੋਲ ਆਈਡੀਆ ਹੈ ਹੀ ਨਹੀਂ ਵੀ ਕੰਮ ਕੀ ਕਰੀਏ। ਉਹਨਾਂ ਕੋਲ ਥੋਟ ਨਹੀਂ ਹੈਗਾ, ਖਿਆਲ ਨਹੀਂ ਹੈਗਾ। ਅਤੇ ਖਿਆਲ ਨਿੱਜੀ ਅਨੁਭਵ 'ਚੋਂ ਗੱਲ ਦੱਸਾਂ, ਗੁਰੂ ਦੀ ਬਖਸ਼ਿਸ਼ ਹੈ, ਇਹ ਤੋਂ ਬਿਨਾਂ ਖਿਆਲ ਨਹੀਂ ਆਉਂਦਾ। ਖਿਆਲ ਇਹ ਬਖਸ਼ ਸਕਦਾ ਵੀ ਹਾਂ ਤੁਸੀਂ ਸੂਈ ਤੋਂ ਕੰਮ ਕੀ ਲੈਣਾ, ਅਤੇ ਤੁਸੀਂ ਕਿਰਪਾਨ ਅਤੇ ਤਲਵਾਰ ਦਾ ਫਰਕ ਗੁਰੂ ਦੱਸ ਸਕਦਾ, ਗੁਰੂ ਕਰ ਸਕਦਾ ਵੀ ਹਾਂ ਕਿਰਪਾਨ ਕਿਵੇਂ ਚੱਲੂਗੀ, ਤਲਵਾਰ ਕਿਵੇਂ ਚੱਲਦੀ। ਵੀ ਖਿਆਲ ਨੇ ਜਿਹੜੇ ਸਾਡੇ ਉਹ ਸਾਨੂੰ, ਮੈਂ ਕਾਫੀ ਕਿਤਾਬਾਂ ਖਾਣ ਲੱਗ ਗਿਆ ਸੀ, ਪੜ੍ਹਨ ਦੀ ਗੱਲ ਨਹੀਂ, ਮੈਂ ਖਾਣ ਲੱਗ ਗਿਆ ਸੀ, ਛੱਡਤੀਆਂ ਮੈਂ ਪੜ੍ਹਨੀਆਂ। ਮੈਂ ਆਪਦੀ ਗੱਲ ਕਰਦਾ, ਜਦੋਂ ਗੁਰੂ ਨੇ ਆਪਦੇ ਨਾਲ ਜੋੜ ਲਿਆ, ਮੈਨੂੰ ਹੋਰ ਕੁਛ ਲੱਭਿਆ, ਮੈਂ ਸਿਰਫ ਇਹੀ ਪੜ੍ਹਨ 'ਚ ਸਵਾਦ ਆਉਂਦਾ, ਆਨੰਦ ਆਉਂਦਾ, ਚਾਹੇ ਇੱਕ ਅੰਗ ਪੜ੍ਹਨ ਦੀ ਹੈ ਚਾਹੇ ਦੋ ਅੰਗ ਪੜ੍ਹਨ ਦੀ ਹੈ, ਗੁਰੂ ਪੜ੍ਹਾ ਲਓ ਵੀ ਜਿੰਨਾ ਕੁ ਪੜ੍ਹਾ ਲਓ। ਇਹੀ ਬੇਨਤੀ ਹੈ ਜੋਦੜੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਬਸ ਯਾਰ। ਬਹੁਤ ਕਿਤਾਬਾਂ, ਕਾਫੀ ਕਿਤਾਬਾਂ ਪੜ੍ਹੀਆਂ ਅਤੇ ਉਹ ਫਿੱਕੀਆਂ ਜੀਆਂ ਲੱਗਣ ਲੱਗ, ਫਿੱਕੀਆਂ ਜੀਆਂ ਲੱਗਣ ਲੱਗ ਵੀ ਉਹਨਾਂ 'ਚ ਇੱਕ ਪਰਸਨ ਨੂੰ ਮਿਲਿਆ ਮੈਂ, ਉਹਦੀ ਫੀਸ ਸੀਗੀ ਮਿਲਣ ਦੀ 50,000 ਰੁਪਇਆ। ਮੈਂ ਉਹਨੂੰ ਦੋ ਵਾਰੀ ਮਿਲਿਆ, ਬਿਜ਼ਨਸ ਦੇ ਰਿਲੇਟਡ, ਦਿੱਲੀ ਮਿਲੇਗਾ ਉਹ ਜਾਂ ਕੈਨੇਡਾ 'ਚ ਮਿਲੇਗਾ ਤੁਹਾਨੂੰ ਉਹ ਬੰਦਾ, ਉਹਨੂੰ ਮਿਲਿਆ ਤਾਂ ਉਹਦੇ ਕੋਲੋਂ ਮੈਨੂੰ ਕੁਛ ਨਹੀਂ ਮਿਲਿਆ, ਜਦੋਂ ਬਾਪੂ ਨਾਲ ਬੈਠਿਆ ਤਾਂ ਬਹੁਤ ਕੁਛ ਮਿਲਿਆ। ਵੀ ਖਿਆਲ ਆ ਇੱਕ, ਤੁਸੀਂ ਕਿਹੜਾ ਵੀ ਕੰਮ ਕਰਨਾ ਚਾਹੁੰਦੇ ਹੋ ਜੋ ਵੀ, ਪਰ ਉਹਦੇ ਵਿੱਚ ਜਦੋਂ ਅਸੀਂ ਆਧਾਰ ਆਗੂ ਸੋਚ ਗੁਰੂ ਗ੍ਰੰਥ ਸਾਹਿਬ ਤੋਂ ਲੈ ਲੈਂਦੇ ਹਾਂ, ਫਿਰ ਮੁਸ਼ਕਲਾਂ ਨਹੀਂ ਲੱਗਦੀਆਂ। ਮੈਂ ਗੱਲ ਬੜੀ ਬੜੀ ਵਧੀਆ ਲੱਗੀ, ਕਹਿੰਦਾ ਵੀ ਜਦੋਂ ਤੁਸੀਂ ਕਿਸੇ ਮੁਸ਼ਕਲ 'ਚ ਘਿਰ ਜਾਓ ਤਾਂ ਤੁਸੀਂ ਸੋਚਿਓ ਵੀ ਕੀ ਤੁਹਾਡੀਆਂ ਮੁਸ਼ਕਲਾਂ ਗੁਰੂ ਗੋਬਿੰਦ ਸਿੰਘ ਦੀਆਂ ਮੁਸ਼ਕਲਾਂ ਨਾਲੋਂ ਵੱਡੀਆਂ ਨਹੀਂ ਵੱਡੀਆਂ ਹੈਗੀਆਂ। ਸਾਨੂੰ ਨਿੱਕੀਆਂ ਨਿੱਕੀਆਂ ਮੁਸ਼ਕਲਾਂ ਲੱਗੀਆਂ, ਸਵੇਰੇ ਉੱਠਣ ਸਾਰ ਸ਼ਾਮ ਤੱਕ ਅਸੀਂ ਮੁਸ਼ਕਲਾਂ 'ਚ ਘਿਰ ਜਾਂਦੇ, ਨਹੀਂ ਕਰਨਾ ਚਾਹੀਦਾ, ਬਿਲਕੁਲ ਹੀ ਨਹੀਂ। ਇੱਕ ਪਾਸੇ ਅਸੀਂ ਗੁਰੂ ਨੂੰ ਮੰਨਦੇ ਹਾਂ, ਕਹਿੰਦਾ ਵੀ ਬਹੁਤ ਸਾਰੇ ਬੰਦੇ ਗੁਰੂ ਨੂੰ ਪਰਮਾਤਮਾ ਨੂੰ ਮੰਨਦੇ ਆ, ਇੰਡੀਆ ਸਾਰਾ ਪਰਮਾਤਮਾ ਨੂੰ ਮੰਨਦਾ, ਪਰ ਉਹਨਾਂ ਦੀ ਜਦੋਂ ਤੁਸੀਂ ਕੰਮ ਵੇਖੋਗੇ ਨਾ, ਕੰਮ ਉਹਨਾਂ ਨੂੰ ਯਕੀਨ ਵੀ ਹੈ ਨਹੀਂ ਵੀ ਰੱਬ ਹੈਗਾ। ਉਹਨਾਂ ਦੇ ਕੰਮ ਵੇਖਿਓ ਤੁਸੀਂ, ਕਿਸੇ ਦਾ ਵੀ ਕੰਮ ਦੇਖ ਲਿਓ, ਉਹ ਰਿਸਕ ਹੀ ਨਹੀਂ ਲੈਂਦਾ, ਉਹ ਰਿਸਕ ਹੀ ਨਹੀਂ ਲੈਂਦਾ। ਨਾ ਐ ਨਾ ਹੋ ਜੇ, ਨਾ ਐ ਨਾ ਹੋ ਜੇ, ਨਾ ਐ ਨਾ, ਦੋ ਚਿੱਤੀ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਦੋ ਚਿੱਤੀ ਤਾਂ ਕਿਸੇ ਮੁੱਲ 'ਚ ਹੋਣੀ ਹੀ ਨਹੀਂ ਚਾਹੀਦੀ, ਕਿਸੇ ਮੁੱਲ 'ਚ ਵੀ ਨਹੀਂ ਹੋਣੀ ਚਾਹੀਦੀ। ਵੀ ਝੂਜੀਆ ਚੰਗਾ ਹੈ, ਪਰਮਾਤਮਾ ਜਿੱਤਣ ਵਾਲਿਆਂ ਨੂੰ ਪਸੰਦ ਕਰਦਾ, ਹਾਰਨ ਵਾਲਿਆਂ ਨੂੰ ਪਿਆਰ ਕਰਦਾ, ਅਤੇ ਜਿਹੜੇ ਲੋਕ ਬਾਹਰ ਖੜ੍ਹੇ ਵੇਖ ਰਹੇ ਹੁੰਦੇ ਆ ਉਹਨਾਂ ਵੱਲੋਂ ਧਿਆਨ ਨਹੀਂ ਦਿੰਦਾ ਹੈਗਾ, ਉਹਨਾਂ ਵੱਲੋਂ ਉਹਦਾ ਕੋਈ ਧਿਆਨ। ਗੱਲ ਹੈ ਮੈਦਾਨ 'ਚ ਉਤਰਨਾ, ਗੱਲ ਹੈਗੀ ਤੁਰਨਾ, ਅਤੇ ਸਾਨੂੰ ਤੁਰਨਾ ਚਾਹੀਦਾ। ਇੱਕ ਜੋ ਮੇਰਾ ਨਿੱਜੀ ਹੈ, ਚੰਗਾ ਕੰਮ ਕਰਨ ਲੱਗੇ ਕਿਸੇ ਦੀ ਵੀ ਰਹਿ ਨਾ ਲਿਓ, ਬਸ ਮਾੜਾ ਕੰਮ ਕਰਨ ਲੱਗੇ 20 ਬੰਦਿਆਂ ਦੀ ਰਹਿ ਲੈ ਲਿਓ, 100 ਬੰਦੇ ਦੀ ਰਹਿ ਲੈ ਲਿਓ, ਪਿੰਡ ਦੀ ਸਾਰੇ ਦੀ ਰਹਿ ਲੈ ਲਿਓ। ਅਸੀਂ ਚੰਗਾ ਕੰਮ ਕਰਨਾ, ਅਸੀਂ ਰਹਿ ਲੈਣ ਲੱਗ ਜਾਂਦੇ ਹਾਂ, ਮੈਂ ਪਲੱਸ 2 ਕਰ ਲਾਂ, ਮੈਂ ਫਲਾਨੇ ਕਾਲਜ 'ਚ ਐਡਮਿਸ਼ਨ ਲੈ ਲਾਂ, ਜਾਂ ਮੈਂ ਫਲਾਨਾ ਧੰਦਾ ਸ਼ੁਰੂ ਕਰ ਲਾਂ। ਨਾ, ਉਹ ਫਲਾਨਾ ਡੁੱਬ ਗਿਆ ਸੀ, ਕਮਾਲ ਹੈ ਯਾਰ, ਫਲਾਨਾ ਡੁੱਬਿਆ ਸੀ, ਮੈਂ ਥੋੜ੍ਹਾ ਡੁੱਬ ਜਾਣਾ। ਅਸੀਂ ਚੰਗਾ ਕੰਮ ਕਰਨ ਲੱਗੇ ਰਹਿਆਂ ਲੈਣ ਲੱਗ ਜਾਂਦੇ ਹਾਂ, ਇਹ ਗਲਤ। ਮਾੜਾ ਕੰਮ ਕਰਨ ਲੱਗੇ ਅਸੀਂ ਕਿਸੇ ਦੀ ਰਹਿਣ ਨਹੀਂ ਲੈਂਦੇ, ਤੁਸੀਂ ਦੇਖ। ਇੱਕ ਸਟੂਡੈਂਟ ਨੇ ਇੱਦਾਂ, ਕਲਾਸ ਚੱਲ ਰਹੀ ਸੀ, ਸਟੂਡੈਂਟ ਨੇ ਟੀਚਰ ਨੂੰ ਪੁੱਛਿਆ ਵੀ, ਕੋਈ ਮੋਟੀਵੇਸ਼ਨ ਸਪੀਕਰ ਸੀਗਾ, ਉਹ ਤੋਂ ਗੱਲ ਚੱਲ ਰਹੀ ਸੀ ਵੀ ਮੈਂ ਫਲਾਨੀ ਸਟੱਡੀ ਕਰਨਾ ਚਾਹੁੰਦਾ ਸੀ ਅਤੇ ਮੇਰੇ ਮਾਂ ਪਿਓ ਦੇ ਪ੍ਰੈਸ਼ਰ 'ਤੇ ਮੈਨੂੰ ਇੱਧਰ ਆਉਣਾ ਪੈ ਗਿਆ। ਉਹ ਕਹਿੰਦਾ ਵੀ ਮੈਂ ਵੀ ਜਵਾਨੀ 'ਚੋਂ ਗੁਜ਼ਰਿਆ, ਮਾਂ ਪਿਓ ਮੇਰੇ ਵੀ ਹੈਗੇ ਆ, ਮੇਰੇ ਬਹੁਤ ਸਾਰੇ ਕੰਮ ਹੈ ਜਿਹੜੇ ਮੈਂ ਮਾਂ ਪਿਓ ਨੂੰ ਬਿਨਾਂ ਦੱਸੇ ਕੀਤੇ ਹੋਏ। ਅਸੀਂ ਸਾਰੇ ਕੰਮ ਮਾਂ ਪਿਓ ਨੂੰ ਪੁੱਛ ਕੇ ਕਰਦੇ ਹਾਂ, ਅਤੇ ਜਿਹੜਾ ਚੰਗਾ ਕੰਮ ਹੁੰਦਾ ਹੈ ਨਾ, ਉਹਦੇ 'ਚ ਅਸੀਂ ਮਾਂ ਪਿਓ ਨੂੰ ਜ਼ਿੰਮੇਵਾਰ ਬਿਠਾ ਦਿੰਦੇ ਹਾਂ ਵੀ ਮਾਂ ਪਿਓ ਨੇ ਸਾਨੂੰ ਜੀ ਇੱਧਰ ਵਾੜਤਾ, ਨਹੀਂ ਤਾਂ ਮੈਂ ਬਹੁਤ ਕੁਛ ਕਰ ਜਾਂਦਾ। ਉਹ ਚੰਗੇ ਕੰਮ 'ਚ ਮਾਂ ਪਿਓ ਦੀ ਕਿਉਂ ਰਹਿ ਲੈਣੀ ਹੈ, ਜਦੋਂ ਮਾੜੇ ਕੰਮ 'ਚ ਤਾਂ ਮਾਂ ਪਿਓ ਦੀ ਰਹਿ ਲਈ ਨਹੀਂ, ਚੰਗੇ ਕੰਮ 'ਚ ਅਸੀਂ ਕਿਉਂ ਰਹਿ ਲੈ ਰਹੇ ਹਾਂ।
ਤਾਂ ਪਾਠ ਉੱਥੇ ਹੀ ਆ ਜਾਂਦਾ ਵੀ ਮੁਸ਼ਕਲਾਂ ਸਨ ਹੈਨ ਰਹਿਣਗੀਆਂ ਸਦਾ ਹੀ, ਉਹ ਢੰਗ ਬਦਲਣਗੇ ਉਹਦੇ। ਠੀਕ ਹੈ, ਦੁੱਖਾਂ ਦੀ ਪਰਿਭਾਸ਼ਾ ਮੈਂ ਗੱਲ ਕਰਦਾ ਕਿ ਦੁੱਖ ਉਹ ਦੁੱਖ ਸਨ ਜਿਹੜੇ ਕਿ ਭਾਈ ਮਤੀ ਦਾਸ ਜੀ ਨੂੰ ਪੁੱਛਿਆ ਗਿਆ ਵੀ ਆਖਰੀ ਇੱਛਾ, ਉਹ ਕਹਿੰਦਾ ਗੁਰੂ ਵੱਲ ਮੂੰਹ ਹੋਵੇ ਤੇ ਆਰਾ ਭਾਵੇਂ ਮੋਢੇ ਤੇ ਰੱਖ ਦੀ, ਭਾਵੇਂ ਲੱਤ ਤੇ ਰੱਖ ਦੇ, ਸਿਰ ਤੇ ਰੱਖ ਦੇ, ਮਤਲਬ ਦੁੱਖ ਇਹ ਵੀ ਨੇ ਯਾਰ ਮੇਰਾ ਤਾਂ ਫੋਨ ਹੀ ਨਹੀਂ ਚੱਕਿਆ ਉਹਨੇ, ਮੈਂ ਤਾਂ ਨਹੀਂ ਇਹ ਤੋਂ ਬਾਅਦ ਬੁਲਾਉਂਦਾ, ਮੈਨੂੰ ਤਾਂ ਵਿਆਹ ਦਾ ਕਾਰਡ ਹੀ ਨਹੀਂ ਦਿੱਤਾ। ਸਾਡੇ ਦੁੱਖਾਂ ਦੀ ਪਰਿਭਾਸ਼ਾ ਬਦਲ ਗਈ, ਅਸੀਂ ਨਿੱਕੇ ਨਿੱਕੇ ਦੁੱਖ ਲੱਭੀ ਜਾਂਦੇ ਹਾਂ ਸਾਰਾ ਦਿਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰਾ ਦੁੱਖਦਾ ਕੀ ਹੈ, ਮੇਰਾ ਇੱਧਰੋਂ ਦੁੱਖਦਾ, ਇੱਧਰੋਂ ਦੁੱਖਦਾ, ਇੱਧਰੋਂ ਦੁੱਖਦਾ, ਅਸੀਂ ਦੁੱਖ ਲੱਭਦੇ ਰਹਿੰਦੇ ਹਾਂ। ਸ਼ੁਕਰ ਕਰਨਾ ਚਾਹੀਦਾ ਜਿਹੜੀ ਵੀ ਚੀਜ਼, ਜੋ ਵੀ ਸਥਿਤੀ ਚੱਲ ਰਹੀ ਹੈ, ਜਿਹੜੀ ਵੀ ਸਥਿਤੀ, ਆਹ ਵੀ ਸਥਿਤੀ ਸ਼ੁਕਰ ਦੀ ਹੈ, ਵਾਹਿਗੁਰੂ ਦਾ ਸ਼ੁਕਰ। ਥੋਟ ਨਵਾਂ ਖਿਆਲ, ਨਵਾਂ ਖਿਆਲ ਲੈਤਾ ਜਾ ਰਿਹਾ ਇੱਥੇ, ਨਵਾਂ ਖਿਆਲ। ਮੈਂ ਪਹਿਲਾਂ ਵੀ ਗੱਲ ਜਸਵਿੰਦਰ ਸਿੰਘ ਨਾਲ ਗੱਲ ਕੀਤੀ, ਗੱਲ ਚੱਲੀ ਉਹਨੇ ਵੀ ਇੱਦਾਂ ਕਰਕੇ ਪਿੰਡ ਦੇ ਵਿੱਚੋਂ ਉਹਨਾਂ ਨੇ ਕੁਛ ਕੰਮ ਕਰਾਉਣਾ ਸੀਗਾ, ਦੀਵਾਨ ਲਵਾਉਣੇ ਸੀਗੇ ਤੇ ਉਹਨੂੰ ਰੋਕਿਆ ਗਿਆ ਕੁਛ ਬੰਦਿਆਂ ਵੱਲੋਂ ਤੇ ਸਾਨੂੰ ਉਡੀਕਾ ਲਾਇਆ ਗਿਆ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਵੀ ਤੁਹਾਨੂੰ ਕੋਈ ਰੋਕ ਸਕਦਾ ਪਰ ਤੁਹਾਡਾ ਖਿਆਲ ਨਹੀਂ ਕੋਈ ਰੋਕ ਸਕਦਾ, ਸਾਡਾ ਖਿਆਲ ਕੋਈ ਨਹੀਂ ਰੋਕ ਸਕਦਾ, ਚਾਹੇ ਉਹ ਕਿਸੇ ਦੇ ਵੀ ਖਿਆਲ 'ਚ ਆਇਆ, ਕੋਈ ਵੀ ਖਿਆਲ। ਖਾਲਸਾ ਇੱਕ ਖਿਆਲ ਆ, ਸਿੱਖੀ ਇੱਕ ਖਿਆਲ ਆ, ਇਹ ਖਿਆਲ ਤੁਰਿਆ ਆ ਰਿਹਾ ਬਹੁਤ ਚਿਰ ਤੋਂ, ਨਾਨਕ ਤੋਂ ਤੁਰਿਆ ਆ ਰਿਹਾ ਖਿਆਲ, ਤੁਸੀਂ ਨੋਟ ਕਰੋ। ਤੇ ਇਹਨੂੰ ਸੱਚ ਨੂੰ ਪਾਲਾ ਹੀ ਕੋਈ ਨਹੀਂ ਹੈਗਾ, ਸੱਚ ਬੋਲਣਾ ਪਾਲਾ ਹੈ ਹੀ ਨਹੀਂ। ਸੱਚ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ, ਇਹ ਯਾਦ ਨਹੀਂ ਰੱਖਣਾ ਪੈਂਦਾ, ਸਭ ਤੋਂ ਵੱਡੀ ਖਾਸੀਅਤ ਸੱਚ, ਸੱਚ ਅੰਦਰੋਂ ਵੱਡਾ ਕਰਦਾ ਬੰਦੇ ਨੂੰ। ਸੱਚ ਨੂੰ ਯਾਦ ਰੱਖਾਂਗੇ, ਸੱਚ ਚੱਲੋਗੇ, ਮੈਨੂੰ ਪਤਾ ਨਹੀਂ, ਸਿੰਪਲ ਕਿਸੇ ਵੀ ਚੀਜ਼ ਆਪਾਂ ਗੋਲ ਮੋਲ ਗੱਲਾਂ। ਇੱਕ ਹੋਰ ਇੱਕ ਉਦਾਹਰਣ ਸਾਡੇ ਸਾਹਮਣੇ ਹੋਰ ਦਿੱਤੀ ਜਾਂਦੀ ਆ ਵੀ ਝੂਠ ਝੂਠ ਨਹੀਂ ਹੁੰਦਾ ਜਿਹੜਾ ਕਿਸੇ ਦੀ ਜਾਨ ਬਚਾ ਲਵੇ, ਉਹ ਸੱਚ ਹੀ ਹੁੰਦਾ, ਇਹ ਵੀ ਗਲਤ ਹੈ। ਮੰਨ ਲਓ ਕੋਈ ਇੱਥੋਂ ਹਿਰਨ ਨੰਗਿਆ, ਉਹਦੇ ਪਿੱਛੇ ਸ਼ਿਕਾਰੀ ਪਿਆ ਹੋਇਆ ਤੇ ਉਹ ਸ਼ਿਕਾਰੀ ਤੁਹਾਨੂੰ ਆ ਕੇ ਪੁੱਛਦਾ, ਸਾਨੂੰ ਮੈਨੂੰ ਆ ਕੇ ਪੁੱਛੇ, ਮੈਂ ਆਪਦੇ ਤੇ ਗੱਲ ਲਾ ਕੇ ਚੱਲਾਂ ਵੀ ਹਾਂ ਇੱਥੋਂ ਹਿਰਨ ਨੰਗਿਆ ਸੀ, ਤਾਂ ਮੇਰਾ ਸਿੱਧਾ ਜਿਹਾ ਜਵਾਬ ਹੋਊਗਾ ਹਾਂ ਨੰਗਿਆ ਸੀ, ਤੈਨੂੰ ਨਹੀਂ ਦੱਸਣਾ ਯਾਰ, ਤੈਨੂੰ ਨਹੀਂ ਦੱਸਣਾ, ਤੂੰ ਮਾਰ ਦੇਂਗਾ ਉਹਨੂੰ, ਗੱਲ ਸਿੰਪਲ। ਸੱਚ ਬੋਲਣ ਦਾ ਤਰੀਕਾ ਹੀ ਨਹੀਂ ਉਹੀ, ਉਹ ਚੀਜ਼ਾਂ ਜਿਵੇਂ ਦੱਸਿਆ ਗਿਆ ਉਵੇਂ ਅਸੀਂ ਸਮਝੀ ਜਾਂਦੇ। ਤਾਂ ਅਸੀਂ ਆਪਦੇ ਥੋਟ ਦੇ ਨਾਲ, ਆਪਦੇ ਖਿਆਲ ਦੇ ਨਾਲ ਗੁਰੂ ਤੋਂ ਮਤ ਲੈ ਕੇ ਅਸੀਂ ਆਪ ਵੀ ਆਪਦੇ ਫੈਸਲੇ ਕਰੀਏ। ਦੁਨੀਆ ਖਾਲੀ ਪਿਆ ਵੀਰ ਬਣ ਕੇ, ਜਿਹਨੇ ਕੰਮ ਧੰਦਾ ਕਰਨਾ, ਮੈਂ ਇੱਕ ਬਿਜ਼ਨਸਮੈਨ ਬੰਦਾ, ਕੰਮ ਵਾਲਾ ਬੰਦਾ, ਖਾਲੀ ਪਿਆ ਇੰਡੀਆ 'ਚ, ਬ੍ਰਾਹਮਣਵਾਦ ਨੇ ਕੰਮ ਕੀਤਾ, ਹੋਰ ਕਿਸੇ ਨੇ ਕੰਮ ਹੀ ਨਹੀਂ ਕੀਤਾ, ਕਿਸੇ ਨੇ ਕੰਮ ਨਹੀਂ ਕੀਤਾ। ਜੇ ਤੁਹਾਨੂੰ ਭੁਲੇਖਾ ਹੋਵੇ ਵੀ ਇੱਥੇ ਬਹੁਤ ਪੈਸੇ ਵਾਲੇ ਬੰਦੇ ਬੈਠੇ ਆ, ਨਾ, ਇਹ ਤਾਂ ਹਜੇ ਅੰਬਾਨੀ ਵਰਗੇ ਵੀ 40ਵੇਂ 45ਵੇਂ ਨੰਬਰ 'ਤੇ ਆਉਂਦੇ ਆ, ਇਹ ਪਹਿਲੇ ਨੰਬਰਾਂ 'ਚ ਨਹੀਂ ਹੈਗੇ। ਜੇ ਤੁਸੀਂ ਆਖੋਗੇ ਵੀ ਇਹਨਾਂ ਕੋਲ ਪੈਸਾ ਬਹੁਤ ਹੈ, ਪਾਵਰ ਬੜੀ ਹੈ, ਨਾ, ਇਹ ਤਾਂ 40ਵੇਂ 45ਵੇਂ ਨੰਬਰਾਂ 'ਤੇ ਆਉਂਦੇ ਪਏ ਆ, ਹਜੇ ਕੰਮ ਕਰਨ ਵਾਲਾ, ਹਜੇ ਸਿੱਖ ਨੇ ਕੰਮ ਕਰਨਾ, ਮੈਂ ਇਹ ਗੱਲ ਕਹੂੰਗਾ, ਹਜੇ ਕੋਈ ਜੱਟ ਕੰਮ ਕਰੀ ਜਾਂਦਾ, ਕੋਈ ਦਿਖਾਣ ਕੰਮ ਕਰੀ ਜਾਂਦਾ, ਹਜੇ ਸਿੱਖ ਕੰਮ ਨਹੀਂ ਕਰਦਾ, ਸਿੱਖ ਨੇ ਹਜੇ ਕੰਮ ਕਰਨਾ। ਸਿੱਖ ਵੀ ਬਿਜ਼ਨਸ ਵੱਡੇ, ਮੈਂ ਕਹਿੰਦਾ ਇੱਕ ਸਿੱਖ ਬਿਜ਼ਨਸ ਵੱਡੇ ਵੱਡੇ ਪੱਧਰ 'ਤੇ, ਜਿੱਥੇ ਸਭ ਨੂੰ ਰੁਜ਼ਗਾਰ ਮਿਲੇ, ਜਿੱਥੇ ਥੋਟ ਨਾ ਹੋਵੇ ਵੀ ਹਾਂ ਯਾਰ ਚੰਗੇ ਅਤੇ ਮਾੜੇ ਦੀ ਪਰਖ, ਵਿਵੇਕ ਉਹਦੇ ਕੋਲ ਹੋਊਗਾ ਨਾ, ਸਿੱਖ ਕੋਲ ਵਿਵੇਕ ਸਭ ਤੋਂ ਵੱਡਾ ਹੋਣਾ ਚਾਹੀਦਾ। ਅਤੇ ਜੇ ਅਸੀਂ ਸਿੱਖ ਹਾਂ, ਜੇ ਅਸੀਂ ਚੰਗੇ ਹਾਂ, ਮੇਰਾ ਤਾਂ ਇਹ ਕਹਿਣਾ ਮੈਂ ਚੰਗਾ, ਮੇਰੇ ਕੋਲ ਪਾਵਰ ਅਤੇ ਪੈਸਾ ਚਾਹੀਦਾ ਭਾਈ, ਜੇ ਮੈਂ ਚੰਗਾ, ਜੇ ਅਸੀਂ ਸਾਰੇ ਚੰਗੇ ਹਾਂ, ਸਾਡੇ ਕੋਲ ਪਾਵਰ ਚਾਹੀਦੀ ਆ, ਸਾਡੇ ਕੋਲ ਪੈਸਾ ਚਾਹੀਦਾ, ਇਹਦੇ ਉੱਤੇ ਮੇਰੇ ਕੋਲ ਕੋਈ, ਜੇ ਅਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਚੰਗੇ ਮੰਨਦੇ ਪਏ, ਜੇ ਕੋਈ ਕਮੀ ਆ ਫਿਰ ਨਹੀਂ ਚਾਹੀਦਾ, ਫਿਰ ਨਹੀਂ ਚਾਹੀਦਾ, ਮਾੜੇ ਕੋਲ ਜਾਊਗਾ ਤਾਂ ਉਹ ਨੁਕਸਾਨ ਹੋਊਗਾ ਉਹਦਾ, ਚਾਹੇ ਉਹ ਪਾਵਰ ਹੈ ਚਾਹੇ ਪੈਸਾ। ਪੈਸੇ ਅਤੇ ਪਾਵਰ ਦੀ ਖਾਸੀਅਤ ਮੈਂ ਤੁਹਾਨੂੰ ਦੱਸ ਦਿਆਂ, ਕਿਸੇ ਦੇ ਅੰਦਰ ਅਸੀਂ ਝਾਕ ਨਹੀਂ ਸਕਦੇ, ਤੁਸੀਂ ਮੇਰੇ ਅੰਦਰ ਨਹੀਂ ਵੜ ਸਕਦੇ, ਮੈਨੂੰ ਪਾਵਰ ਅਤੇ ਪੈਸਾ ਦੇ ਦਿਓ, ਜੋ ਮੇਰੇ ਅੰਦਰ ਹੈ ਨਾ ਉਹ ਬਾਹਰ ਆ ਜਾਊਗਾ, ਪਾਵਰ ਅਤੇ ਪੈਸੇ ਦੀ ਖਾਸੀਅਤ ਹੈ ਜੋ ਮੇਰੇ ਅੰਦਰ, ਜੇ ਮੈਂ ਅੰਦਰੋਂ ਮਾੜਾ ਤਾਂ ਮਾੜੀ ਚੀਜ਼ ਬਾਹਰ ਆਜੂਗੀ, ਜੇ ਮੈਂ ਅੰਦਰੋਂ ਚੰਗਾ ਤਾਂ ਚੰਗੀ ਚੀਜ਼ ਬਾਹਰ ਆਜੂ। ਠੀਕ, ਤਾਂ ਪਲੀਜ਼ ਆਪਾਂ ਸ਼ੁਕਰਾਨਾ ਕਰਦੇ ਰਹੀਏ ਵਾਹਿਗੁਰੂ ਦਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮਤ ਦੇ। ਅਤੇ ਮੈਂ ਅਖੀਰ ਖਤਮ ਕਰਾਂ, ਭਗਤ ਰਵਿਦਾਸ ਜੀ ਦੇ ਕੋਲ ਬੀਬੀ ਆਉਂਦੀ ਹੈ, ਬੀਬੀ ਕਹਿੰਦੀ ਹੈ ਵੀ ਭਗਤ ਜੀ ਤੁਹਾਡੇ ਕੋਲ ਰੱਬ ਹੈ, ਉਹ ਕਹਿੰਦੇ ਵੀ ਮੇਰੇ ਕੋਲ ਰੱਬ ਨਹੀਂ ਹੈਗਾ,
ਕਹਿੰਦੇ ਨਹੀਂ ਜੀ ਮੈਂ ਲੋਕਾਂ ਤੋਂ ਪੁੱਛਦੀ ਪੁਛਾਉਂਦੀ ਆਈ ਹਾਂ ਅਤੇ ਤੁਹਾਡੇ ਕੋਲ ਰੱਬ ਹੈਗਾ ਅਤੇ ਮੈਨੂੰ ਰੱਬ ਚਾਹੀਦਾ। ਉਹ ਖਿਹੜੇ ਪੈ ਗਈ ਬੀਬੀ। ਭਗਤ ਜੀ ਕਹਿੰਦੇ ਵੀ ਕੱਲ੍ਹ ਨੂੰ ਆਇਓ ਅਤੇ ਦੁੱਧ ਲੈ ਕੇ ਆ ਗਿਆ। ਉਹ ਕਹਿੰਦੀ ਦੁੱਧ ਬੜਾ, ਦੁੱਧ ਦੀ ਕਹਿੰਦੀ ਦੂਜੇ ਦਿਨ ਭਰ ਲਈ। ਭਗਤ ਜੀ ਕਹਿੰਦੇ ਵੀ ਉਹ ਭਾਂਡੇ 'ਚ ਪਾ, ਉਹਦੇ ਵਿੱਚ ਚੰਮ ਭਿੱਜਿਆ ਹੋਇਆ ਸੀ। ਆਪੋ ਆਪਣਾ ਨਜ਼ਰੀਆ ਹੁੰਦਾ, ਮੈਂ ਆਪਦਾ ਨਜ਼ਰੀਆ ਸੁਣਾ ਰਿਹਾ ਤੁਹਾਨੂੰ। ਮੈਂ ਉਸ ਸਟੋਰੀ ਤੋਂ ਕੀ ਸਿੱਖ ਰਿਹਾ, ਮੈਂ ਕੀ ਸਿੱਖ ਰਿਹਾ। ਉਹ ਕਹਿੰਦੇ ਵੀ ਉਹ ਭਾਂਡੇ 'ਚ ਪਾ ਦਿਓ। ਕਹਿੰਦੇ ਵੀ ਇਹ 'ਚ ਤਾਂ ਚੰਮ ਭਿੱਜਿਆ ਹੋਇਆ। ਉਹ ਚੰਮ ਕੱਢ ਕੇ ਬਾਹਰ ਰੱਖਤਾ। ਕਹਿੰਦੇ ਹੁਣ ਪਾ ਦਿਓ। ਕਹਿੰਦੇ ਨਹੀਂ, ਭਾਂਡਾ ਲਿਬੜਿਆ ਹੋਇਆ। ਕਹਿੰਦਾ ਇਹੀ ਗੱਲ ਤਾਂ ਮੈਂ ਤੈਨੂੰ ਕਹੀ ਆ ਨਾ ਵੀ ਦੁੱਧ ਇਹਦੇ 'ਚ ਨਹੀਂ ਪੈਂਦਾ, ਰੱਬ ਤੇਰੇ 'ਚ ਨਹੀਂ ਪੈਂਦਾ। ਜੇ ਮੈਂ ਲਾਇਕ ਹਾਂ ਤਾਂ ਰੱਬ ਮੈਨੂੰ ਉਹ ਅਰਸ਼ਾਂ 'ਤੇ ਬਿਠਾ ਦੂ, ਜੇ ਮੈਂ ਨਲਾਇਕ ਹਾਂ ਤਾਂ ਰੱਬਾ ਨਾ ਬਿਠਾਈ, ਨਾ ਬਿਠਾਈ। ਫਾਇਦਾ ਨਹੀਂ, ਮੈਂ ਘਾਣ ਕਰੂੰ ਦੁਨੀਆਂ ਦਾ ਕੋਈ ਫਾਇਦਾ ਕਰਾਂ। ਲਾਇਕ ਬਣਨ ਦੀ ਲੋੜ ਹੈ। ਮੇਰਾ ਇੱਕ ਮਿੱਤਰ ਔਫਿਸਰ ਹੈ, ਉਹਦੇ ਫਾਦਰ ਸਾਹਿਬ ਕੋਲ ਬੈਠਾ ਅਤੇ ਫਾਦਰ ਸਾਹਿਬ ਕਹਿੰਦਾ ਵੀ ਸਾਡੀ ਬੈਂਕ ਜਿਹੜੀ ਹੈ ਉਹ ਘਾਟੇ 'ਚ ਜਾ ਰਹੀ ਹੈ, ਵੀ ਸ਼ਾਇਦ ਦੂਜੀ ਬੈਂਕ 'ਚ ਮਰਜ ਕਰਨਗੇ। ਉਹਦੇ ਫਾਦਰ ਸਾਹਿਬ ਕਹਿੰਦੇ ਜਿਵੇਂ ਆਪਾਂ ਆਮ ਹੀ ਗੱਲ ਕਰ ਲੈਂਦੇ, ਮੈਨੂੰ ਬਣਾਉਣ ਯਾਰ ਤੁਹਾਡੇ ਬੈਂਕ ਦਾ ਹੈੱਡ, ਅਤੇ ਮੈਂ 2 ਮਹੀਨਿਆਂ 'ਚ ਤੁਹਾਡੀ ਬੈਂਕ ਸੈੱਟ ਕਰ ਦੂੰਗਾ। ਕਹਿੰਦਾ ਡੈਡੀ ਲਾਇਕ ਬਣਨਾ ਪੈਂਦਾ ਯਾਰ, ਤੈਨੂੰ ਐਂ ਕਿਵੇਂ ਹੈੱਡ ਬਣਾ ਦੇਣ, ਲਾਇਕ ਬਣ ਪੜ੍ਹ। ਉਹ ਹੈੱਡ ਭਾਲਦੇ ਪਿਆ ਤਾਂ ਹਰੇਕ ਗੱਲ 'ਤੇ ਅਸੀਂ ਕਹਿ ਦੇਣਾ ਮੈਨੂੰ ਮੈਂ ਕਰਾਂ, ਨਹੀਂ। ਜਦੋਂ ਅਸੀਂ ਲਾਇਕ ਹੋਵਾਂਗੇ ਨਾ, ਯਕੀਨ ਕਰਿਓ ਲਾਇਕ ਬੰਦੇ ਨੂੰ ਦੁਨੀਆਂ ਚਾਹੁੰਦੀ ਪਈ ਹੈ, ਚੰਗੇ ਬੰਦੇ ਨੂੰ ਦੁਨੀਆਂ ਚਾਹੁੰਦੀ ਪਈ ਹੈ, ਚੰਗੇ ਗੀਤ ਨੂੰ ਦੁਨੀਆਂ ਚਾਹੁੰਦੀ ਪਈ ਹੈ। ਜੇ ਚੰਗੇ ਗੀਤ, ਤੁਸੀਂ ਕਹਿੰਦੇ ਚੰਗੇ ਗੀਤ ਸੁਣੇ ਨਹੀਂ ਜਾਂਦੇ ਤਾਂ ਸਮਝ ਲਿਓ ਆਏ ਨਹੀਂ ਹੈਗੇ। ਮੈਂ ਸਮਝਦਾ ਹਜੇ ਆਏ ਨਹੀਂ ਹੈਗੇ ਚੰਗੇ ਗੀਤ, ਜੋ ਆਉਣਗੇ ਆਪਾਂ ਸਾਰੇ ਸੁਣ ਲਾਂਗੇ। ਚੰਗਾ ਕਲਾਕਾਰ ਹਜੇ ਆਇਆ ਨਹੀਂ। ਅਤੇ ਜੇ ਅਸੀਂ ਸਾਰੇ ਚੰਗੇ ਹਾਂ ਤਾਂ ਤੁਰੀਏ ਤੁਰੀਏ, ਅਸੀਂ ਚਿੰਤਾ ਨਹੀਂ ਕਰਨੀ, ਅਸੀਂ ਚਿੰਤਨ ਕਰਨਾ ਬਸ। ਅਸੀਂ ਚਿੰਤਨ ਕਰਨਾ ਵੀ ਅਸੀਂ ਬਸ ਠੀਕ ਹੈ, ਜੋ ਹੈ ਹੋਰ ਹੋਈ ਜਾਣ, ਜੋ ਗੁਰੂ ਸਾਡੇ ਤੋਂ ਕਰਾਵੇ, ਸਾਨੂੰ ਹੁਕਮ ਦੇਵੇ, ਗੁਰੂ ਅੱਗੇ ਅਰਦਾਸ ਕਰਕੇ ਬੇਨਤੀ ਕਰਕੇ ਤੁਰੀਏ। ਸ਼ੰਕਾ ਦਿਮਾਗ 'ਚ ਨਹੀਂ ਰੱਖਣੀ ਚਾਹੀਦੀ ਵੀ ਡਾਊਟ। ਜਦੋਂ ਸ਼ੱਕ ਕਰੋਗੇ, ਚਾਹੇ ਤੁਸੀਂ ਕਿਸੇ ਮਰਜ਼ੀ ਰਿਸ਼ਤੇ 'ਤੇ ਲਾ ਦਿਓ, ਕਿਸੇ ਮਰਜ਼ੀ ਬਿਜ਼ਨਸ 'ਤੇ ਲਾ ਦਿਓ, ਕਿਸੇ 'ਤੇ ਲਾ ਦਿਓ, ਸ਼ੱਕ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਹੁਤ ਮਾੜਾ ਹੈ ਸ਼ੱਕ ਸ਼ਬਦ। ਮੈਨੂੰ ਬਾਣੀ ਨਹੀਂ ਆਉਂਦੀ ਪਰ ਮੈਂ ਇੰਨੀ ਗੱਲ ਕਹਿੰਦਾ ਵੀ ਸ਼ੱਕ ਦੇ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖਿਆ ਹੋਇਆ ਵੀ ਦੁਬਧਾ ਬੜੀ ਮਾੜੀ ਚੀਜ਼ ਹੈ, ਸਾਨੂੰ ਦੁਬਧਾ ਹੋਣੀ ਨਹੀਂ ਚਾਹੀਦੀ। ਅਸੀਂ ਦੁਬਧਾ 'ਚ ਜਾ ਰਹੇ ਹਾਂ। ਦੁਬਧਾ ਦੋ ਚਿੱਤੀ ਖਤਮ ਕਰੀਏ, ਚੜ੍ਹਦੀ ਕਲਾ 'ਚ ਰਹੀਏ, ਤੁਰੀਏ। ਕੋਈ ਪਰਲੋ ਨਹੀਂ ਆਈ, ਮੇਰੇ ਕਿਸੇ ਨੇ ਬੰਦ ਨਹੀਂ ਕੱਟੇ ਹੈਗੇ, ਠੀਕ ਹੈ। ਕੋਈ ਚਿੰਤਾ ਵਾਲੀ ਗੱਲ ਕੋਈ ਨਹੀਂ ਹੈਗੀ ਅਤੇ ਨਾ ਹੀ ਕੋਈ ਕੱਟ ਸਕਦਾ, ਜਿੰਨਾ ਚਿਰ ਜਿਉਂਦੇ ਆ ਗੜਸ ਨਾਲ ਜਿਉਂਦੇ, ਠੀਕ ਹੈ। ਜੇ ਸਾਡੇ ਪੱਲੇ ਸੱਚ ਹੈ ਅਤੇ ਸਾਨੂੰ ਅਡੋਲ ਹੋ ਕੇ ਚੱਲਣਾ ਚਾਹੀਦਾ ਕਿਉਂਕਿ ਅਸੀਂ ਸਿੱਖ ਹਾਂ, ਬਸ ਮੈਨੂੰ ਇਹਨਾਂ ਪਤਾ। ਅਸੀਂ ਸਿੱਖ, ਅਸੀਂ ਅਡੋਲ ਹੀ ਹੋਣੇ ਚਾਹੀਦੇ ਹਾਂ, ਸਾਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ। ਅਨਪੜ੍ਹ ਬੰਦਾ ਸਿੱਖ ਨਹੀਂ ਹੁੰਦਾ ਅਤੇ ਸਿੱਖ ਅਨਪੜ੍ਹ ਨਹੀਂ ਹੁੰਦਾ, ਬਿਮਾਰ ਬੰਦਾ ਸਿੱਖ ਨਹੀਂ ਹੁੰਦਾ ਅਤੇ ਸਿੱਖ ਬਿਮਾਰ ਨਹੀਂ ਹੁੰਦਾ, ਵਿਹਲੜ ਸਿੱਖ ਨਹੀਂ ਹੁੰਦਾ ਅਤੇ ਸਿੱਖ ਵਿਹਲੜ ਨਹੀਂ ਹੁੰਦਾ। ਜੇ ਕੋਈ ਸਿੱਖ ਕਹੀ ਜਾਂਦਾ ਮੇਰੇ ਕੋਲ ਕੰਮ ਹੈ ਨਹੀਂ ਤਾਂ ਸਮਝ ਲਓ ਵੀ ਸਿੱਖ ਹੈ ਨਹੀਂ ਹੈ, ਪਲੀਜ਼ ਮਤਲਬ ਲੱਗਦਾ। ਯਕੀਨ ਕਰਿਓ ਮੈਨੂੰ, ਇੱਕ ਪਿੰਡਾਂ 'ਚ ਹੀ ਪੜ੍ਹਨ ਵਾਲੇ ਬੰਦੇ ਹਾਂ, ਸਾਡੇ ਘਰੇ ਅੱਜ ਵੀ ਮੱਝਾਂ ਗਾਵਾਂ ਨੇ। ਕੋਈ ਮੈਂ ਆਪਦੀ ਕੁਆਲੀਫਿਕੇਸ਼ਨ ਦੱਸਦਿਆਂ ਤੁਹਾਨੂੰ, 8ਵੀਂ ਬੋਰਡ ਦੀ ਸੀ, ਮਾਸਟਰ ਨੇ ਬੋਰਡ 'ਤੇ ਕਰਾਈ ਸੀ, ਉਸ ਤੋਂ ਬਾਅਦ ਗਏ ਨੇ, ਇੰਨਾ ਕੁ ਪੜ੍ਹਿਆ ਹੋਇਆ। ਪਰ ਪਾਠ ਇਹ ਆ ਵੀ ਡਰ ਦਿਮਾਗ 'ਚੋਂ ਕੱਢ ਦਿਓ ਪਹਿਲਾਂ ਤਾਂ ਡਰ, ਯਾਰ ਮਰਨਾ, ਮਰਨ ਲਈ ਤਾਂ ਇਹ ਆ ਆਪਾਂ, ਮਰਨਾ ਤਾਂ ਮੈਂ ਤਾਂ ਬਚ ਤਾਂ ਸਕਦਾ ਹੀ ਨਹੀਂ। ਊਧਮ ਸਿੰਘ ਨੂੰ ਇਹ ਅਖੀਰ 'ਚ ਆਖਿਆ ਗਿਆ ਸੀਗਾ ਵੀ ਤੂੰ ਇਹ ਗੱਲ ਕਹਿ ਦੇ ਵੀ ਬਾਏ ਚਾਂਸ ਮੈਂਟਲੀ ਅਪਸੈਟ ਮੈਥੋਂ ਗੋਲੀ ਚੱਲ ਗਈ, ਮੈਂਟਲੀ ਅਪਸੈਟ। ਮੈਂ ਤੁਹਾਨੂੰ ਚੰਗੇ ਅਤੇ ਮਾੜੇ ਦੀ ਪਰਖ ਦੱਸ ਰਿਹਾ ਸੀ ਨਾ, ਵੱਧ ਚੰਗਾ ਅਤੇ ਘੱਟ ਚੰਗਾ। ਊਧਮ ਸਿੰਘ ਨੂੰ ਇਹ ਗੱਲ ਆਖੀ ਗਈ ਸੀ ਵੀ ਤੂੰ ਇੰਨੀ ਗੱਲ ਕਹਿ ਦੇ ਵੀ ਇਹ ਮੈਥੋਂ ਅਣਜਾਣੇ 'ਚ ਹੀ ਗੋਲੀ ਚੱਲ ਗਈ ਅਤੇ ਤੈਨੂੰ ਫਾਂਸੀ ਨਹੀਂ ਲਓਗੇ। ਉਹ ਕਹਿੰਦਾ ਨਹੀਂ, ਮੈਂ ਹੋਸ਼ੋ ਹਵਾਸ 'ਚ ਗੋਲੀ ਮਾਰੀ ਆ, ਇਹ ਵੱਧ ਚੰਗਾ ਸੀ, ਘੱਟ ਚੰਗਾ ਉਹ ਸੀ, ਬਚ ਸਕਦਾ ਸੀ, ਸਾਡਾ ਸੂਰਮਾ ਸਾਡਾ ਭਰਾ ਬਚ ਸਕਦਾ ਸੀ, ਪਰ ਅਸੀਂ ਉਹਨੂੰ ਭਰਾ ਥੋੜ੍ਹਾ ਮੰਨਣਾ ਸੀ। ਨਾਲੇ ਉਹਨਾਂ ਦੀ ਸਰਕਾਰਾਂ ਜਿਹਨਾਂ ਕੋਲ ਪਾਵਰ ਸੀ ਉਹਨੇ ਪਤਾ ਨਹੀਂ ਕੀ ਬਣਾ ਦੇਣਾ ਸੀ, ਉਹਦਾ ਉਹਨੂੰ ਵੀ ਪਤਾ ਸੀ, ਵੱਧ ਚੰਗਾ ਚੁਣਿਆ ਉਹਨੇ, ਵੱਧ ਚੰਗਾ ਚੁਣਨਾ। ਵੱਧ ਚੰਗਾ ਇਹ ਆ, ਬੰਦ ਇਹ ਨਹੀਂ, ਆਹ ਬੰਦ ਆ, ਵੱਧ ਚੰਗਾ ਅਤੇ ਘੱਟ ਚੰਗਾ ਚੁਣਨਾ ਪਊ ਸਾਨੂੰ। ਪਰ ਇਹ ਚੀਜ਼ ਯਕੀਨ ਕਰਿਓ ਦੁਨੀਆਂ 'ਤੇ 2% ਲੋਕਾਂ ਕੋਲ, ਇਹ ਵੀ ਧਿਆਨ 'ਚ ਰੱਖਿਓ ਤੁਸੀਂ। ਵੱਧ ਚੰਗਾ ਅਤੇ ਘੱਟ ਚੰਗਾ, ਵੱਧ ਮਾੜਾ ਅਤੇ ਘੱਟ ਮਾੜਾ ਸਾਨੂੰ ਚੁਣਨਾ ਪਊਗਾ। ਦਵਾਈ ਖਾਣ ਦੀ ਬਜਾਏ ਸਾਨੂੰ ਪਰਹੇਜ਼ ਅਤੇ ਕਸਰਤ ਕਰ ਲੈਣਾ ਚਾਹੀਦੀ ਹੈ।
ਦਵਾਈ ਖਾਣ ਦੀ ਬਜਾਏ। ਠੀਕ ਹੈ, ਮੇਰਾ ਮੰਨਣਾ ਹੈ ਡਾਕਟਰ ਕੋਲ ਜਾਣ ਨਾਲ ਡਾਕਟਰ ਠੀਕ ਹੋ ਜਾਂਦਾ ਹੈ, ਬੰਦਾ ਨਹੀਂ ਮੁਸਲਿਮ ਹੈ ਤਾਂ ਇੱਦਾਂ ਹੀ ਦੇਖਿਆ, ਡਾਕਟਰ ਵਾਲੇ ਠੀਕ ਦੇਖਿਆ ਮੈਂ, ਬੰਦਾ ਤਾਂ ਮੈਂ ਦੇਖੀ ਹੀ ਹੈ ਸਾਰਿਆਂ ਦੀ ਤੂੰ ਹੀ ਲੱਕ ਮੋਢੇ ਦੁਖਦੇ ਪਏ। ਠੀਕ ਹੈ, ਤਾਂ ਸੋ ਸਿੱਖ ਵਿਹਲੜ ਨਹੀਂ, ਸਿੱਖ ਨੂੰ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ, ਬਸ ਸਿੱਖ ਸਿੱਖ ਹੈ, ਸਲਾਹ ਨਾਲ ਸਲਾਹਾਂ ਨਾਲ ਇਤਿਹਾਸ ਨਹੀਂ ਸਰਜੇ ਜਾਂਦੇ, ਬਸ ਜਿੰਨੇ ਵੀ ਇਤਿਹਾਸ ਨੇ ਉਹਨਾਂ 'ਚ ਸਲਾਹਾਂ ਨਹੀਂ ਹੋਈਆਂ ਹੈਗੀਆਂ, ਆਹ ਕਰ ਲਈਏ ਆਹ ਕਰ ਲਈਏ ਆਹ ਕਰ ਲਈਏ, ਨਹੀਂ ਯਾਰ ਬਾਦਾ ਭਾਈ ਭਾਈ ਮਤੀ ਸਿੰਘ ਸਾਡੇ ਜਿੰਨੇ ਸ਼ਹੀਦ ਹੋਏ ਆ ਉਹਨਾਂ ਨੇ ਸਲਾਹਾਂ ਨਹੀਂ ਕੀਤੀਆਂ ਹੋਣੀਆਂ ਮੇਰੇ ਹਿਸਾਬ ਨਾਲ, ਤਾਂ ਪਲੀਜ਼ ਅਸੀਂ ਸਿੱਖ ਹਾਂ, ਸਾਨੂੰ ਇਹ ਹਰ ਪਲ ਯਾਦ ਰਹਿਣਾ ਚਾਹੀਦਾ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ, ਬਸ ਮੈਨੂੰ ਮੈਂ ਤਾਂ ਇਹੀ ਗੱਲ ਕਹਾਂਗਾ, ਤੁਸੀਂ ਵੀ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਮੈਨੂੰ ਸਿਰਫ ਇੰਨੇ ਹੀ ਯਾਦ ਰਹੇ ਕਿ ਮੈਂ ਸਿੱਖ ਹਾਂ, ਬਸ ਇੱਦੋਂ ਵੱਧ ਬਾਅਦ 'ਚ ਗੁਰੂ ਮਿਹਰ ਕਰੇ ਉਹਦੇ ਸਾਰੇ, ਅਤੇ ਸਾਨੂੰ ਦੋ ਚੀਤੀ ਨਹੀਂ ਪੈਣੀ ਚਾਹੀਦੀ, ਇਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।